ਸਲਾਮ ਵਾਲੇਕੁਮ ਸਲਾਮ ਇਹ ਕੀ ਕਰ ਰਹੇ ਹੋ ਖੈਰ ਨੂੰ ਗਿੱਠਾ ਨਾਪਨੇ ਆ ਮੈਂ ਕਿਹਾ ਮਾਸਟਰ ਜਵਾਨ ਹੋ ਗਈ ਹੈ ਵਾਹ ਤੁਸੀਂ ਇਹਦੀ ਸਲਵਾਰ ਸੀਣੀ ਹੈ ਗਿੱਠਾ ਨਾਪ ਰਹੇ ਨਹੀਂ ਵੈਸੇ ਗੱਡੀ ਜਵਾਨ ਹੋ ਗਈ ਹੈ ਮਾਸਟਰ ਦਾ ਉਹ ਭਾਈ ਤੁਹਾਡੀ ਗੱਡੀ ਗੱਡੀ ਤੇ ਮੇਰੀ ਹੈ ਆਲੇ ਦੁਆਲੇ ਕੋਈ ਫਿਰਨ ਡੇ ਹੋ ਮੈਂ ਕਾਫੀ ਦੇਰ ਤੋਂ ਵੇਖ ਰਿਹਾ ਹਾਂਜੀ ਹਾਂਜੀ ਮੈਂ ਕਿਹਾ ਸੋਹਣੀ ਲੱਗ ਰਹੀ ਗੱਡੀ ਖੜੀ ਸੋਹਣੀ ਹੈ ਜੀ ਮੈਂ ਤੁਹਾਨੂੰ ਪਛਾਣ ਲਿਆ ਇਹ ਪਿੱਛੇ ਫਲੈਟ ਨਹੀਂ ਤੁਹਾਡਾ ਮੇਰੀ ਗੱਡੀ ਹੈ ਭਾਈ ਜਾਨ ਹੋਰ ਕਿਹਦੀ ਗੱਡੀ ਬਹੁਤ ਅੱਛੇ ਮਾਲਕ ਮਾਲਕ ਆ ਮੈਂ ਕੋਈ ਵੇਚਣ ਡਿਆ ਜਿਹੜੇ ਕਾਗਜ਼ ਪੁੱਛਣ ਡੇ ਉਹਦੇ ਭਾਜੀ ਅਫਸੋਸ ਹੈ ਤੁਹਾਡੇ ਤੇ ਖੁਦਾ ਲਈ ਕਾਹਦਾ ਜੀ ਮਲੇਦਾਰ ਹੋਣ ਦੇ ਨਾਤੇ ਕਿ ਪੁਲਿਸ ਬੁਲਾਵਾਂ ਤੇ ਇੱਥੇ ਪੁੱਠਾ ਲੰਮਾ ਪਾ ਕੇ ਤੁਹਾਨੂੰ ਛੇਤਰ ਮਰਵਾਵਾਂ ਨਹੀਂ ਇਹ ਕੋਈ ਮਲੇਦਾਰੀ ਤਾਂ ਨਹੀਂ ਨਾ ਭਾਜੀ ਨਹੀਂ ਇਹੋ ਹੀ ਮਲੇਦਾਰੀ ਇਹ ਕੋਈ ਮਾਣਦਾਵਾ ਨਹੀਂ ਹੈਗਾ ਸਾਡਾ ਫਿਰ ਕੋਈ ਮਾੜੀ ਗੱਲ ਹੈ ਦੇਖ ਗੱਲ ਸੁਣ ਮੇਰੀ ਤੂੰ ਮਲੇਦਾਰ ਹੈ ਤੇ ਮੈਂ ਅਜੇ ਤੱਕ ਤੈਨੂੰ ਬਰਦਾਸ਼ਤ ਕੀਤਾ ਹੈ ਸਮਝ ਰਹੇ ਕੋ ਹਯਾ ਕਰ ਕੋ ਕੰਮ ਕਾਜ ਕਰ ਹੈ ਗੱਡੀਆਂ ਤੇ ਇਹ ਮੇਰਾ ਪਹਿਲੇ ਵੀ ਸ਼ੀਸ਼ਾ ਲਾਇਆ ਕਿਸੇ ਨੇ ਪਿੱਛੋਂ ਕਵਰ ਆਪਣੀ ਮਾਂ ਨੇ ਦੱਸਣਾ ਇੱਥੇ ਸ਼ੀਸ਼ਾ ਲੱਗਾ ਹੋਣਾ ਹੈ ਸ਼ੀਸ਼ਾ ਇਹ ਸ਼ੀਸ਼ਾ ਲੱਗਾ ਉਹਦੇ ਕੋਲ ਲੱਥਾਂ ਨਹੀਂ ਬੜੀ ਕੋਸ਼ਿਸ਼ ਕੀਤੀ ਉਹਨੇ ਅੱਛਾ ਹਾਂਜੀ ਉਹਨੇ ਨਹੀਂ ਬਲਕਿ ਤੂੰ ਨਹੀਂ ਨਹੀਂ ਵਿੱਚ ਕੱਚੇ ਬੰਦੇ ਵੀ ਹੁੰਦੇ ਨੇ ਜਿਹਨਾਂ ਨੂੰ ਕੰਮ ਨਹੀਂ ਆਉਂਦਾ ਬੜੀ ਬੜੀ ਦੁਨੀਆ ਪਈ ਅੱਛਾ ਤੁਸੀਂ ਕੰਮ ਵਾਲਾ ਬੰਦਾ ਹੁੰਦਾ ਤੇ ਪੂਰਾ ਲਾਹ ਕੇ ਲੈ ਕੇ ਜਾਂਦਾ ਵਾਹ ਵਾਹ ਕੀ ਕੰਮ ਸਿੱਖਿਆ ਹੈ ਨਹੀਂ ਚੋਰੀ ਦਾ ਮੇਰੀ ਗੱਲ ਤੇ ਸੁਣੋ ਕੀ ਬਾਤ ਹੈ ਦਿਲ ਤੇ ਮੇਰਾ ਕਰਦਾ ਕਿ ਮੈਂ ਇੱਥੇ ਹੀ ਨਾ ਵੇਖਿਆ ਇਹਨਾਂ ਗੱਲਾਂ ਤੋਂ ਚੋਰੀਆਂ ਕੋਈ ਨਹੀਂ ਕਰਦਾ ਯਾਰ ਕੋਈ ਮਲੇਦਾਰੀ ਕੋਈ ਮਾਣ ਹੁੰਦਾ ਉਹ ਚੋਰੀਆਂ ਕੋਈ ਨਹੀਂ ਕਰਦਾ ਮਤਲਬ ਕਿ ਮੈਂ ਖੁੱਲੀ ਛੋੜ ਦੇ ਦਾਂ ਤੇ ਚੋਰੀਆਂ ਕਰੋ ਤੁਸੀਂ ਇਹ ਮਲੇਦਾਰੀ ਆ ਯਾਰ ਕੋਈ ਮਲੇਦਾਰੀ ਨਹੀਂ ਵੈਸੇ ਆਪਸ ਦੀ ਗੱਲ ਤੁਸੀਂ ਮੇਰੇ ਮਲੇਦਾਰ ਨਹੀਂ ਮੈਂ ਕਿਸੇ ਬਾਹਰ ਦੇ ਮਲੇ ਜਾ ਕੇ ਚੋਰੀ ਕਰਾਂਗਾ ਤੁਹਾਡੇ ਮੂੰਹ ਤੇ ਲੋਕੀ ਥੂ ਥੂ ਕਰਨਗੇ ਗੱਲ ਸੁਣਾ ਮੇਰੀ ਕਹਿੰਦੇ ਥੂ ਥੂ ਕਰਨਗੇ ਉਹ ਤਾਂ ਚੋਰੀਆਂ ਕਰਨ ਦੇ ਉਹ ਤਾਂ ਬਕਵਾਸ ਕਰਨ ਦੇ ਤੁਹਾਡੇ ਮਲੇ ਦਾ ਚੋਰ ਲੋਕੀ ਕਹਿਣਗੇ ਨਹੀਂ ਕਹੇ ਚੋਰ ਨਹੀਂ ਕਹਿਣਗੇ ਨਹੀਂ ਮੈਂ ਹੁਣੀ ਤੈਨੂੰ ਮੈਂ ਥਾਣੇ ਲੈ ਜਾਣਾ ਤੇਰਾ ਉਹ ਹੁਸ਼ਰ ਹੋਵੇਗਾ ਤੇ ਲੱਗ ਪਤਾ ਜਾਏ ਥਾਣੇ ਮੈਂ ਨਹੀਂ ਜਾਣਾ ਤੇਰੇ ਮੈਂ ਬੱਚੇ ਵੀ ਵੇਖੇ ਨੇ ਉਹ ਕਾਲੇ ਕਾਲੇ ਜੇ ਦੋ ਨਹੀਂ ਬੱਚੇ ਵੀ ਦੇਖੇ ਨੇ ਤੁਸੀਂ ਮੇਰੇ ਬੱਚੇ ਆ ਹਾ ਇੱਧਰ ਆਈ ਨਾ ਤੇਰਾ ਇੱਧਰ ਆਈ ਨਾ ਹੈ ਉਹ ਲੱਗਣ ਡਿਆ ਚੋਰ ਮੈਂ ਮਾਲਕ ਤੂੰ ਹੈ ਹੈ ਅੱਲਾ ਦੇ ਕੰਮ ਦਾ ਪਤਾ ਜੀ ਕੱਲ ਇਹ ਵੀ ਹੋ ਜਾਏ ਓਏ ਹੜਾ ਨਹੀਂ ਮੇਰਾ ਮਤਲਬ ਹੈ ਕਿ ਦੇਖੋ ਮਾੜੀ ਗੱਲ ਹੈ ਗੱਲ ਸੁਣੋ ਮੈਂ ਤੇਰਾ ਕਰ ਰਿਹਾ ਰਿਆਜ਼ ਅੱਛਾ ਜੀ ਸਮਝ ਗਿਆ ਮੈਂ ਤੈਨੂੰ ਪੁਲਿਸ ਦੇ ਹਵਾਲੇ ਕਰ ਦਿਆਂਗਾ ਅਗਰ ਨੈਕਸਟ ਮੇਰੇ ਗੱਡੀ ਦੇ ਕੋਲ ਤੂੰ ਆਇਆ ਤੇ ਸਮਝ ਗਿਆ ਇੱਥੇ ਚਾਰ ਬੰਦੇ ਪਾ ਲਓ ਪਰਿਆ ਪਾ ਲੈਣੇ ਜੇ ਉਹ ਕਹਿ ਦੇਣ ਕਿ ਹਰਕਤ ਮਾੜੀ ਤੇ ਫਿਰ ਮੈਂ ਤੁਹਾਨੂੰ ਬੁਝਣ ਮਤਲਬ ਅੱਛਾ ਇਹ ਗੱਡੀ ਚੋਰੀ ਕਰਨ ਦੇ ਹਰਕਤ ਮਾੜੀ ਨੂੰ ਉੱਥੋਂ ਮੈਂ ਦੇਖ ਰਿਹਾ ਕਦੀ ਗਿੱਠਾ ਨਾਲ ਨਾਪ ਰਿਹਾ ਕਦੀ ਇਹ ਖੋਲ ਰਿਹਾ ਕਦੀ ਵੀਲ ਕੱਪ ਦੇਖ ਰਿਹਾ ਦੇਖੋ ਮਾਨਦਾ ਵਾ ਤੁਸੀਂ ਇਹ ਦੇਖੋ ਕਿ ਮੈਂ ਆਪਣਾ ਕੰਮ ਕਿੰਨੀ ਮਿਹਨਤ ਬਕਵਾਸ ਨਾ ਕਰ ਰਿਹਾ ਮਿਹਨਤ ਨਾ ਕਰਨ ਡਿਆ ਤੂੰ ਇੱਥੇ ਖਰਾਦਾ ਦਾ ਕੰਮ ਕਰਨ ਡਿਆ ਦੇਖੋ ਨਾ ਸ਼ਰਾਫਤ ਨਾਲ ਅੱਗੇ ਲੱਗ ਜਾ ਮਹੱਲੇ ਦਾ ਚੋਰ ਹੋ ਮਹੱਲੇ ਦਾ ਚੋਰ ਤੂੰ ਨਹੀਂ ਦੇਖੋ ਨਾ ਬਾਹਰ ਮਹੱਲੇ ਜਾ ਕੇ ਚੋਰੀ ਕਰਾਂਗਾ ਕਿਹੜੀ ਮਾੜੀ ਗੱਲ ਹੈ ਤੁਹਾਡੀ ਬੜੀ ਬਿਸਤੀ ਇਹਦੇ ਚ ਵਾਹ ਇਹ ਮੇਰੀ ਇੱਜ਼ਤ ਵਾਸਤੇ ਮੇਰੀ ਗੱਡੀ ਚੋਰੀ ਕਰਨ ਅੱਗੇ ਲੱਗ ਓਏ ਅੱਗੇ ਲੱਗ ਮੈਂ ਤੈਨੂੰ ਦੱਸਣ ਡਿਆ ਅੱਗੇ ਲੱਗ ਇੱਕ ਮਿੰਟ ਅੱਗੇ